ਵੀ ਰੇਖਾ ਜੀ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਕਪੂਰਥਲਾ ਵਿਖੇ ਡੈਮੋਕ੍ਰੇਟਿਕ ਭਾਰਤੀਆਂ ਲੋਕ ਦਲ ਵੱਲੋਂ ਨਗਰਪਾਲਿਕਾ ਕਰਮਚਾਰੀ ਸੰਗਠਨ ਪੰਜਾਬ ਜੋ ਲੰਬੇ ਸਮੇਂ ਤੋਂ ਆਪਣੀ ਹੱਕੀ ਮੰਗਾਂ ਲਈ ਹੜਤਾਲ ਤੇ ਬੈਠੇ ਨੇ ਸਫਾਈ ਸੇਵਕਾਂ ਦੇ ਸਮਰਥਨ ਵਿੱਚ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਉਹਨਾਂ ਦੀ ਮੰਗਾਂ ਨੂੰ ਪੂਰੀਆਂ ਨਹੀਂ ਕਰਦੀ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਸਿਰਫ ਸਰਕਾਰ ਹੀ ਹੋਵੇਗੀ ਕਪੂਰਥਲਾ ਤੋਂ ਗੁਰਵਿੰਦਰ ਸਿੰਘ ਦੀ ਖਾਸ ਰਿਪੋਰਟ ਪੰਜਾਬ ਬਿਹਾਰੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਪ੍ਰਧਾਨ ਜੀ ਜੈ ਭੀਮ ਜੀ ਜੈ ਭੀਮ ਜੀ ਪ੍ਰਧਾਨ ਜੀ ਅੱਜ ਜੋ ਤੁਸੀਂ ਕਪੂਰਥਲਾ ਵਿਖੇ ਨਗਰ ਕੌਂਸਲ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਇੱਥੇ ਪਹੁੰਚੇ ਹੋ ਕੀ ਕਹੋਗੇ ਇਸ ਸੰਬੰਧ 'ਚ ਮੈਂ ਗੁਰਮੁਖ ਸਿੰਘ ਖੋਸਲਾ ਡੈਮੋਕ੍ਰੇਟਿਕ ਭਾਰਤੀ ਲੋਕ ਦਲ ਵੱਲੋਂ ਅੱਜ ਅਸੀਂ ਜੋ ਨਗਰ ਨਿਗਮ ਸਫਾਈ ਕਰਮਚਾਰੀ ਸੰਗਠਨ ਵੱਲੋਂ ਪ੍ਰਧਾਨ ਜੀ ਗੋਪਾਲ ਥਾਪਰ ਜੀ ਉਹਨਾਂ ਦੇ ਸਾਰੇ ਹੀ ਸਾਥੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਅਣਮਿੱਥੇ ਸਮੇਂ ਲਈ ਸੰਘਰਸ਼ 'ਤੇ ਬੈਠੇ ਆ ਡੈਮੋਕ੍ਰੇਟਿਕ ਭਾਰਤੀ ਲੋਕ ਦਲ ਉਹਨਾਂ ਨੂੰ ਆਪਣੇ ਵੱਲੋਂ ਸਮਰਥਨ ਦਿੰਦਾ ਆ ਅਸੀਂ ਇਹਨਾਂ ਦੇ ਨਾਲ ਹਾਂ ਔਰ ਮੈਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਮੰਗ ਕਰਦਾ ਕਿ ਜਿਹੜਾ ਸਿਸਟਮ ਹੈ ਠੇਕੇਦਾਰੀ ਸਿਸਟਮ ਹੈ ਇਹਨੂੰ ਮੁਕੰਮਲ ਤੌਰ 'ਤੇ ਬੰਦ ਕੀਤਾ ਜਾਵੇ ਔਰ ਜਿੰਨੇ ਵੀ ਕੱਚੇ ਮੁਲਾਜ਼ਮ ਆ ਚਾਹੇ ਉਹ ਨਗਰ ਨਿਗਮ ਦੇ ਵਿੱਚ ਆ ਜਾਂ ਹੋਰ ਵੀ ਡਿਪਾਰਟਮੈਂਟਾਂ ਦੇ ਵਿੱਚ ਹੈਗੇ ਆ ਉਹਨਾਂ ਨੂੰ ਵੀ ਤੁਰੰਤ ਪੱਕੇ ਕੀਤਾ ਜਾਵੇ ਔਰ ਮੈਂ ਇੱਥੋਂ ਤੱਕ ਕਹਿਣਾ ਚਾਹੁੰਦਾ ਕਿ ਜੇ ਦੇਸ਼ ਦਾ ਅਸਲੀ ਹੀਰੋ ਆ ਉਹ ਹੈ ਸਫਾਈ ਕਰਮਚਾਰੀ ਜੋ ਅੱਜ ਕੋਰੋਨਾ ਕਾਲ ਦੇ ਵਿੱਚ ਵੀ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਇਸ ਸਮਾਜ ਦੇ ਵਿੱਚੋਂ ਇਸ ਸ਼ਹਿਰ ਦੇ ਵਿੱਚੋਂ ਗੰਦ ਨੂੰ ਸਾਫ਼ ਕਰਦਾ ਆ ਇਹ ਹੈ ਅਸਲੀ ਹੀਰੋ ਔਰ ਸਰਕਾਰਾਂ ਇਹਨਾਂ ਹੀਰੋਆਂ ਵੱਲ ਨਾ ਇਹਨਾਂ ਦੇ ਪਰਿਵਾਰਾਂ ਵੱਲ ਕੋਈ ਧਿਆਨ ਦੇ ਰਹੀਆਂ ਸਾਡੇ ਸਮਾਜ ਦੇ ਜਿਹੜੇ ਲੋਕ ਆ ਇਹ ਸਫਾਈ ਕਰਮਚਾਰੀ ਲੋਕ ਆ ਇਹ ਥੋੜ੍ਹੇ ਥੋੜ੍ਹੇ ਪੈਸਿਆਂ ਦੇ ਵਿੱਚ ਹੀ ਆਪਣੇ ਰੋਜ਼ਗਾਰ ਆਪਣਾ ਕੰਮ ਆਪਣਾ ਪਰਿਵਾਰ ਚਲਾਉਂਦੇ ਆ ਪਰ ਮੈਂ ਸਮਝਦਾ ਕਿ ਸਭ ਤੋਂ ਜ਼ਿਆਦਾ ਜਿਹੜੀ ਤਨਖਾਹ ਆ ਸਫਾਈ ਕਰਮਚਾਰੀ ਦੀ ਹੋਣੀ ਚਾਹੀਦੀ ਆ ਕਿਉਂਕਿ ਇਹ ਸਮਾਜ ਨੂੰ ਵੀ ਸਾਫ਼ ਕਰਦੇ ਆ ਸ਼ਹਿਰ ਨੂੰ ਵੀ ਸਾਫ਼ ਕਰਦੇ ਆ ਔਰ ਵਾਤਾਵਰਨ ਨੂੰ ਵੀ ਸ਼ੁੱਧ ਕਰਦੇ ਆ ਇਸ ਕਰਕੇ ਇਹ ਜਿਹੜੇ ਆ ਪੂਰੇ ਦੇਸ਼ ਦੇ ਅਸਲੀ ਹੀਰੋ ਆ ਸੋ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਇਹਨਾਂ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਨਹੀਂ ਤਾਂ ਡੈਮੋਕ੍ਰੇਟਿਕ ਭਾਰਤੀ ਲੋਕ ਦਲ ਇਹਨਾਂ ਦੇ ਨਾਲ ਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸੰਘਰਸ਼ ਕਰਨ ਦੀ ਜ਼ਰੂਰਤ ਪਈ ਤਾਂ ਡੈਮੋਕ੍ਰੇਟਿਕ ਭਾਰਤੀ ਲੋਕ ਦਲ ਇਹਦੇ ਨਾਲ ਮਿਲ ਕੇ ਤਿੱਖਾ ਸੰਘਰਸ਼ ਕਰੇਗਾ ਜੈ ਭੀਮ ਜੈ ਭਾਰਤ ਅੱਜ ਗੋਪਾਲ ਥਾਪਰ ਜੀ ਦੇ ਜੋ ਇਹਨਾਂ ਨੇ ਲੰਮੇ ਸਮੇਂ ਤੋਂ ਸੰਘਰਸ਼ 'ਤੇ ਨਿਗਮ ਨਿਗਮ ਦੇ ਦਫ਼ਤਰ ਦੇ ਮੂਹਰੇ ਬੈਠੇ ਆ ਮੈਂ ਦੱਸਣਾ ਚਾਹੁੰਦਾ ਸਰਦਾਰ ਮਹਿੰਦਰ ਸਿੰਘ ਵਾਈਸ ਪ੍ਰੈਜ਼ੀਡੈਂਟ ਪੰਜਾਬ ਵੱਲੋਂ ਜੇ ਸਾਨੂੰ ਰੇਲ ਗੱਡੀਆਂ ਵੀ ਰੋਕਣੀਆਂ ਪਈਆਂ ਤਾਂ ਰੋਕਾਂਗੇ ਇਹਨਾਂ ਦੀ ਖਾਤਰ ਕਿਉਂਕਿ ਇਹਨਾਂ ਨੇ ਸ਼ਹਿਰ ਦੇ ਵਾਤਾਵਰਨ ਨੂੰ ਇਹਨਾਂ ਦੇ ਸ਼ਹਿਰ ਦੇ ਪੂਰੇ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਵਾਲਾ ਇਹ ਨਿਗਮ ਨਿਗਮ ਗੋਪਾਲ ਥਾਪੜ ਜੀ ਜੋ ਸ਼ਹਿਰ ਦੀਆਂ ਸਫਾਈਆਂ ਕਰਕੇ ਜੇ ਕਰੋਨਾ ਤੋਂ ਅੱਜ ਰਹਿਤ ਹੈ ਡਿਸਟ੍ਰਿਕਟ ਕਪੂਰਥਲਾ ਅਤੇ ਇਹਨਾਂ ਦੀ ਕੁਰਬਾਨੀ ਨਾਲ ਅੱਜ ਰਹਿਤ ਆ ਸਰਕਾਰ ਨੂੰ ਚੇਤਾਵਨੀ ਵੀ ਦਿੰਦਾ ਆ ਇਹਨਾਂ ਦੀਆਂ ਨਾ ਮੰਗਾਂ ਮੰਗੀਆਂ ਗਈਆਂ ਗਰੀਬਾਂ ਦੀਆਂ ਨਾ ਠੇਕੇਦਾਰੀ ਸਿਸਟਮ ਬੰਦ ਕੀਤਾ ਗਿਆ ਇਹ ਇਕੱਲਾ ਇਹ ਦਫ਼ਤਰ ਹੀ ਘਰਾਓ ਨਹੀਂ ਕੀਤਾ ਜਾਊਗਾ ਪੂਰੇ ਪੰਜਾਬ ਦੇ ਵਿੱਚ ਰੇਲਵੇ ਸਟੇਸ਼ਨ ਰੋਕੇ ਜਾਣਗੇ ਰੋਡ ਰੋਕੇ ਜਾਣਗੇ ਔਰ ਇਹਨਾਂ ਦੇ ਨਾਲ ਜੋ ਇਹਨਾਂ ਦੀ ਮੈਨੇਜਮੈਂਟ ਦਾ ਫੈਸਲਾ ਹੋਊਗਾ ਵੀ 10 ਸਾਲ ਅਕਾਲੀ ਸਰਕਾਰ ਵੀ ਰਹੀ ਆ ਅਤੇ ਉਦੋਂ ਵੀ ਇਹ ਥੋੜ੍ਹੀ ਜਿਹੀ ਮੁਹਿੰਮ ਚੱਲੀ ਸੀਗੀ ਜਿਹਦੇ ਵਿੱਚ ਕੋਈ 380 ਕੁ ਨੌਕਰੀਆਂ ਪੱਕੇ ਹੋਣ ਵਾਸਤੇ ਆਈਆਂ ਸੀ ਅਤੇ ਉਦੋਂ ਵੀ ਇੱਥੇ ਜੇ ਹੋਇਆ ਸੀ ਕਾਫੀ ਹੰਗਾਮਾ ਅਤੇ ਕੁਛ ਜਿਹੜੇ ਮੁਹਤਬਰ ਸੀਗੇ ਜਾਂ ਜਿਹੜੇ ਆਗੂ ਸੀ ਨਗਰਪਾਲਿਕਾ ਦੇ ਉਹਨਾਂ ਨੇ ਗਰੀਬਾਂ ਨਾਲ ਬਹੁਤ ਧੱਕਾ ਕੀਤਾ ਔਰ ਇੱਕ ਸਹਿਣ ਕਰਨ ਦੇ ਦੁੱਖੋ ਵੀ ਤਨਖਾਹ ਤਾਂ ਗੌਰਮੈਂਟ ਨੇ ਦੇਣੀ ਨੌਕਰ ਤਾਂ ਗੌਰਮੈਂਟ ਦੇ ਸੀ ਪਰ ਇਹਨਾਂ ਨੇ ਸਹਿਣ ਕਰਨ ਦੇ ਦੁੱਖੋਂ ਉਹਨਾਂ ਦੀ ਜਿਹੜੀ ਨੌਕਰੀ ਉਹਨਾਂ ਦੀ ਰੋਟੀ ਖੋਈ ਉਹ ਤੋਂ ਬਾਅਦ ਚੱਲਦਾ ਰਿਹਾ ਇਸੇ ਤਰ੍ਹਾਂ ਠੇਕੇਦਾਰੀ ਸਿਸਟਮ ਹੋ ਗਿਆ ਅਸੀਂ ਪਹਿਲਾਂ ਵੀ 2-3 ਵਾਰੀ ਮੰਗ ਕੀਤੀ ਆ ਵੀ ਠੇਕੇਦਾਰੀ ਸਿਸਟਮ ਨੂੰ ਖਤਮ ਕੀਤਾ ਜਾਵੇ ਨਹੀਂ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਵਾਲਮੀਕ ਸੰਘਰਸ਼ ਮੋਰਚੇ ਵੱਲੋਂ ਅਸੀਂ ਪੂਰਾ ਪੰਜਾਬ ਜਿਹੜਾ ਵਾ ਉਹਨੂੰ ਸਮਰਥਨ ਦੇਵਾਂਗੇ ਪੂਰਾ ਪੰਜਾਬ ਬੰਦ ਕਰਾਂਗੇ ਔਰ ਅਸੀਂ ਰਾਤ ਹੋਵੇ ਦਿਨ ਹੋਵੇ
असी इन्हां दे नाल खड़े आ। गरीब जिहड़ी उह सरकार दे नाल असी खड़े आ जिहड़ी गरीबां दा साथ दिंदी आ। जिहड़ी सरकार गरीबां नूं इनकोर करदी आ असी उह सरकार दे बिल्कुल खिलाफ आ। इन्हां दा बाइकाट कीता जावे, इन्हां नूं वोट भी ना पाई जावे। इस करके मैं बार बार यही अपील करूँगा, वाल्मीकि संघर्ष मोर्चा और होर जिन्हें भी मोर्चे आ सारे कट्ठे हो के असी पूरे पंजाब दे विच की दिल्ली तक असी हिला के रख देंगे अगर ये मंग नूं पूरा ना किया गया। वाल्मीकि हर हर वाल्मीकि। वाल्मीकि संघर्ष मोर्चा पंजाब का प्रधान, कांग्रेस पार्टी का छोटा जिहा सिपाही, पिछले 15 सालों तो सफाई सेवकों का शोषण हो रहा। बहुत सरकार आउंदियां, बहुत सरकार चले जांदियां, लेकिन सफाई सेवकों की कितने भी सुनवाई नहीं होंदी। कारण कई विच गल्लां होंदियां, लेकिन जदों 2017 विच विधानसभा दे इलैक्शन होए, साडी पार्टी ने वादा कीता सीगा कि ठेकेदारी सिस्टम खत्म करांगे। मैं रोशन सबरवाल सीएम साहब नूं पुरजोर अपील कर रहा हाँ कि सफाई सेवकों नूं पूरे पंजाब दे विच पक्के तौर पर रखा जाए, ठेकेदारी सिस्टम बंद किया जाए, नहीं तो आने वाली विधानसभा 2022 दी इलैक्शन सिर उपर है, उन्हां दा रिजल्ट भुगतना पएगा। मेरी हाथ जोड़ के बेनती है कैप्टन साहब, अगर सफाई सेवक पूरे पंजाब दे विच